ਗੁੱਡ ਮਾਰਨਿੰਗ ਬੇਟਾ ਆਪਣਾ ਨੈਕਸਟ ਟੌਪਿਕ ਸੀ ਕਿ ਬਤਾਨੇ ਦੇ ਬਾਦਸ਼ਾਹ ਦੀ ਸਥਿਤੀ ਦਾ ਵਰਣਨ ਕਰਨਾ ਜਾਂ ਮਲ ਭੀ ਇੱਕ ਦੇ ਬਾਦਸ਼ਾਹ ਰਾਜ ਕਰਦਾ ਸ਼ਾਸਨ ਨਹੀਂ ਜਾਂ ਕਿ ਬਾਦਸ਼ਾਹ ਦਾ ਗੱਡੀ ਦਾ ਪੰਜਵਾ ਪਈਆ ਹੈ ਵੀ ਤੁਸੀਂ ਸਿੱਧ ਕਰੋ ਕਿ ਵਾਕਿਓ ਗੱਡੀ ਦਾ ਪੰਜਵਾ ਪਈਆ ਹੈ ਉਹਦੀ વાસ્તਵਿਕ ਸਥਿਤੀ ਕੀ ਹੈ ਕਹਿੰਦਾ ਬਾਦਸ਼ਾਹ ਦੁਆਰਾ ਵੱਖ-ਵੱਖ ਖੇਤਰਾ ਚਵਰਤੀਆਂ ਜਾਂ ਵਾਲੀਆਂ ਸ਼ਕਤੀਆਂ ਦੇ ਅਧਿयान ਕਰਨ ਪਿੱਛੋਂ ਆਪਾਂ ਇਹ ਕਹਿ ਸਕਦੇ ਹਾਂ ਕਿ ਬਾਦਸ਼ਾਹ ਸਿਰਫ ਰਾਜ ਦਾ ਮੁਖੀ ਨਹੀਂ ਸਗੋ ਰਾਜ ਦਾ ਪ੍ਰਬੰਧ ਦਾ ਮੁਖੀ ਵੀ ਹੈ ਕੋਈ ਵੀ ਹੋ ਜਾ ਕੰਮ ਨਹੀਂ ਹੈਗਾ ਸਸ਼ਸ਼ਨ ਦਾ ਜਿਹੜਾ ਉਹਦੇ ਦੁਆਰਾ ਨਾ ਕੀਤਾ ਜਾਂਦਾ ਵੇ ਜਿਵੇਂ ਉਹ ਦੀ ਨਿਯੁਕਤੀ ਕਰਦਾ ਮੰਤਰੀਆਂ ਦੀ ਉਹ ਉਹਨਾਂ ਦੇ ਕਟਨ ਕਰਦਾ ਹੈ ਜਲਾਸ ਬੁੰਦਾ ਹੈ ਫਿਰ ਪ੍ਰਸ਼ਦ ਆਦੇਸ਼ ਜਾਰੀ ਕਰਦਾ ਹੈਗਾ ਵਾ ਨਿਆ ਦਾ ਸੋਮਾ ਮਾ ਸਨਮਾਨ ਦਾ ਸੋਮਾ ਧਾਰਮਿਕ ਰੱਖਿਆ ਦੋ ਸੋਮਾ ਵਾ ਬਟ ਇਹਦੇ باوجود ਵੀ ਆਪਾਂ ਵੇਖਦੇ ਹਾਂ ਕਿ ਸਿਧਾਂਤਕ ਅਤੇ ਵਿਵਹਾਰਤਾ ਸੰਵਧਾਨ ਵਿੱਚ ਸਿਮਰਪੀ ਬਹੁਤ ਕੁਝ ਲਿਖਿਆ ਹੋទਿਆ ਬਹੁਤ ਸਾਰੀਆਂ ਪਾਬਸਾ ਕਿ ਕੋਈ ਵੀ ਇਹੋ ਜੀ ਚੀਜ਼ ਨਹੀਂ ਜਿਹੜੇ ਉਤੇ ਨਾਤੇ ਨਾ ਕਿਤੇ ਜਾਂਦੀ ਹੋਵੇ ਪਰ ਪ੍ਰੈਕਟੀਕਲ ਤੌਰ ਤੇ ਉਹ ਕਿੰਨੀ ਉਸ ਚੀਜ਼ ਦੀ ਵਰਤੋਂ ਕਰਤਾ ਵਾ ਇਹਦੇ ਵਿੱਚ ਕਾਫੀ ਅੰਤਰ ਪਾਇਆ ਜਾਂਦਾ ਹੈ ਇਹਦੇ ਆਧਾਰ ਤੇ ਪੁਆਇੰਟਸ ਦਿੱਤੇ ਗਏ ਆ ਬਾਦਸ਼ਾ ਅਤੇ ਮੰਤਰੀ ਮੰਡਲ ਵਿਚਕਾਰ ਸੰਬੰਧ ਕੀ ਆ ਠੀਕ ਹੈ ਸੰਵਧਾਨ ਰੂਪ ਵਿੱਚ ਕਿਹਾ ਜਾਂਦਾ ਹੈ ਕਿ ਬਾਦਸ਼ਾ ਜਿਹੜਾ ਹੈਗਾ ਵਾ ਜਿਹੜਾ ਆ ਭਾਵੇਂ ਕਿ ਮੰਤਰੀ ਮੰਡਲ ਬਾਦਸ਼ਾ ਦਾ ਸਲਾਹਕਾਰ ਆ ਮੰਤਰੀ ਮੰਡਲ ਜਿਹੜਾ ਹੈਗਾ ਵਾ ਪ੍ਰਧਾਨ ਮੰਤਰੀ ਹੈ ਬਾਦਸ਼ਾ ਦਾ ਸਲਾਹਕਾਰ ਆ ਬਟ ਰਿਐਲਿਟੀ ਵਿੱਚ ਕਿੰਦਾ ਕਿ ਬਾਦਸ਼ਾ ਜਿਹੜਾ ਹੈਗਾ ਵਾ ਉਹ ਪ੍ਰ ਸਲਾਕਰ ਹੁੰਦਾ ਹੈ ਭਾਵੇਂ ਕਿ ਜਿੰਨੇ ਵੀ ਮੰਤਰੀ ਪ੍ਰਧਾਨ ਮੰਤਰੀ ਦੁਆਰਾ ਕੋਈ ਲਿਸਟ ਤਿਆਰ ਕੀਤੀ ਜਾਂਦੀ ਹੈ ਮੰਤਰੀਆਂ ਦੀ ਉਹਨਾਂ ਦੀ ਲਿਸਟ ਉੱਤੇ ਹੀ ਉਹ ਜਿਹੜਾ ਸਾਈਨ ਕਰਦਾ ਵਾ ਆਪਣੀ ਮਰਜ਼ੀ ਦਾ ਕੋਈ ਮੰਤਰੀ ਨਿਯੁਕਤ ਨਹੀਂ ਕਰਦਾ ਤੇ ਨਾ ਹੀ ਉਹਨਾਂ ਨੂੰ ਅਹੁਦੇ ਤੋਂ ਬਰਖਾਸਤ ਕਰਦਾ ਹੈ ਕਾਬਾ ਨੈਕਸਟ ਪੁਆਇੰਟ ਹੈ ਕਾ ਕੇ ਬਾਦਸ਼ਾਹ ਅਤੇ ਸੰਸਦ ਵਿਚਕਾਰ ਕੇ ਸਬੰਧ ਦਾ ਕਹਿੰਦਾ ਭਾਵੇਂ ਕਿ ਉਹ ਮਤਲਬ ਜਿਹੜਾ ਬਾਦਸ਼ਾਹ ਵਾ ਸੰਸਦ ਦਾ ਆਂਗ ਵਾ ਤੇ ਕੋਈ ਸੰਸਦ ਹੈ ਜੋ ਕੰਮ ਨਹੀਂ ਜਿਹੜਾ ਉਸ ਤੋਂ ਬਿਨਾ ਬਿਨਾ ਕੀਤਾ ਜਾਂਦਾ ਵੇ ਬਟ ਰਿਐਲਿਟੀ ਵਿੱਚ ਕੀ ਆ ਕਿ ਕੋਈ ਵੀ ਉਹ ਕੰਮ ਆਪ ਨਹੀਂ ਕਰਦਾ ਜਦੋਂ ਪ੍ਰਧਾਨ ਮੰਤਰੀ ਕਹਿੰਦਾ ਵਾ ਉਦੋਂ ਹੀ ਇਜਲਾਸ ਬੁਲਾਉਂਦਾ ਵਾ ਅਸਤਿੱਕਿਤ ਕਰਦਾ ਵਾ ਤੇ ਉਹਦੇ ਕਹਿਣ ਤੇ ਹੀ ਸੰਸਦ ਨੂੰ ਪੰਗ ਕਰਦਾ ਹੈ ਐਗਜ਼ਾਮਪਲ ਦਿੱਤੀ ਗਈ ਆ ਕਿ ਇੱਕ ਵਾਰ ਜਿਹੜੀ ਆ ਗਈ ਸੀ ਮਹਾਰਾਣੀ ਵਿਕਟੋਰੀਆ ਨੇ ਕਿਹਾ ਸੀ ਕਿ ਮੈਨੂੰ ਜਿਹੜੀ ਆ ਗਿਆ ਭਾਸ਼ਣ ਦੀ ਲਾਈਨਾਂ ਚ ਕੁਝ ਤਬਦੀਲੀ ਚਾਹੀਦੀ ਹੈ ਕਿ ਆ ਜਿਹੜੀ ਉਹਨੇ ਭਾਸ਼ਣ ਦੇ ਚਲਾਸ ਵਿੱਚ ਸਟਾਰਟਿੰਗ 'ਚ ਭਾਸ਼ਣ ਦੇਣਾ ਹੁੰਦਾ ਨਾ ਕਿ ਮੈਨੂੰ ਕੋਈ ਜੀ ਤਬਦੀਲੀ ਚਾਹੀਦੀ ਹੈ ਜੇ ਚੇਂਜਸ ਬਟ ਜਿਹੜੇ ਦੋਨੋਂ ਉਥੋਂ ਦੇ ਪ੍ਰਧਾਨ ਮੰਤਰੀ ਤੇ ਦੋ ਮੰਤਰੀ ਸੀ ਉਹਨੇ ਕਿਹਾ ਸੀ ਕਿ ਜਸਟ ਤੁਹਾਡਾ ਫਰਜ ਹੈ ਸੰਘਾਸਨ ਤੋਂ ਭਾਸ਼ਣ ਦੇਣਾ ਤੁਸੀਂ ਇਹਦੇ ਵਿੱਚ ਕੋਈ ਵੀ ਤਬਦੀਲੀ ਭਾਸ਼ਣ ਵਿੱਚ ਨਹੀਂ ਕਰ ਸਕਦੇ ਕਿਉਂਕਿ ਇਹ ਮੰਤਰੀਆਂ ਦੁਆਰਾ ਤਿਆਰ ਕੀਤਾ ਗਿਆ ਇੱਕ ਨੀਤੀਆਂ ਦਾ ਐਲਾਨਨਾਮਾ ਹੈ ਤੇ ਤੁਹਾਡਾ ਕੋਈ ਮਰ ਵੀ ਵੀ ਅਧਿਕਾਰ ਨਹੀਂ ਤੁਸੀਂ ਇਹਦੇ ਵਿੱਚ ਚੇਂਜ ਕਰ ਸਕੋ ਤੇ ਰਿਅਲਿਟੀ ਵੀ ਇਹ ਹੋਈ ਆ ਕਿ 1707 ਤੋਂ ਲੈ ਕੇ ਅੱਜ ਤੱਕ ਉਨੇ ਬਾਦਸ਼ਾਹ ਨੇ ਕਦੇ ਵੀ ਆਪਣੀ ਬਿੱਟੋ ਦੀ ਪਾਵਰ ਯੂਜ਼ ਨਹੀਂ ਕੀਤੀ ਹੈਗੀ ਨੈਕਸਟ ਹੈਗਾ ਬਾਦਸ਼ਾਹ ਅਤੇ ਉੱਚੇ ਨਿਯੁਕਤੀਆਂ ਭਾਵੇਂ ਕਿ ਸਾਰੀਆਂ ਨਿਯੁਕਤੀਆਂ ਬਾਦਸ਼ਾਹ ਦੁਆਰਾ ਕੀਤੀ ਜਾਂਦੀਆਂ ਵਾਂ ਬਟ ਫਿਰ ਉਹੀ ਗੱਲ ਵਾਸਤਵਤਾ ਦੇ ਰੂਪ ਵਿੱਚ ਉਹੀ ਨਿਯੁਕਤੀਆਂ ਜਿਹੜਾ ਪ੍ਰਧਾਨ ਮੰਤਰੀ ਲਿਸਟ ਤਿਆਰ ਕੀਤੀ ਹੁੰਦੀ ਆ ਕਹਿੰਦਾ ਕਿ ਇੱਕ ਐਗਜ਼ਾਮਪਲ ਦਿੱਤੀ ਆ ਕਿ ਇੱਕ ਵਾਰੀ ਕੀ ਸੀ ਕਿ ਜਿਹੜਾ ਜਾਰਜ ਪੰਜਵਾਂ ਸੀ ਬਾਦਸ਼ਾਹ ਹੀ ਇੰਗਲੈਂਡ ਦਾ ਉਹਨੂੰ ਜਿਹੜਾ ਕਿ ਬਰਤਾਨੀਆ ਵਿੱਚ ਸਭ ਸੋਵੀ ਸੰਗ ਦੇ ਬਰਤਾਨੀਆ ਵਿੱਚ ਰਾਜਦੂਤਨ ਪਰਿਵਾਰਕ ਦੇਨ ਦੇ ਵਿੱਚ ਇਤਰਾ ਸੀ ਪਰ ਜਦੋਂ ਵਿਦੇਸ਼ ਸਕੱਤਰ ਨੇ ਕਿਹਾ ਦੁਆਰਾ ਭਾਸ਼ਣ ਦਿੱਸਿਆ ਗਿਆ ਕਿ ਮੰਤਰੀ ਮੰਡਲ ਨੇ ਇਸ ਸੰਬੰਧੀ ਪਰਿਵਾਰਕ ਹੀ ਦੇ ਦਿੱਤੀ ਆ ਤਾਂ ਤੁਹਾਨੂੰ ਸਾਈਨ ਕਰਨੇ ਹੀ ਪੈਣਗੇ ਤਾਂ ਉਹਨੂੰ ਸਾਈਨ ਕਰਨੇ ਹੀ ਬਈ ਸੀ ਨਕਸਾ ਦਾ ਬਾਸ਼ਾ ਸਨਮਾਨ ਦੇ ਸਰੋਤਰੂ ਵਿੱਚ ਭਾਵੇਂ ਕਿ ਆਪਾਂ ਇਹ ਪੜਦੇ ਹਾਂ ਕਿ ਸਾਰੇ ਜੱਗੀਆਂ ਕੇ ਸਨਮਾਨ ਉੱਚੇ ਜਿੰਨੀ ਮਾ ਪਦਵੀਆਂ ਸਨਮਾਨ ਜੇ ਗਿਆ ਮੈਡਲ ਆ ਉਹ ਬਾਸ਼ਾ ਦੁਆਰਾ ਦਿੱਤੇ ਜਾਂਦੇ ਆ ਬਟ ਉਹਨਾਂ ਦੀ ਸਾਰੀ ਲਿਸਟ ਜਿਹੜੀ ਆ ਮੰਤਰੀ ਮੰਡਲ ਦੁਆਰਾ ਹੀ ਤਿਆਰ ਕੀਤੀ ਜਾਂਦੀ ਆਗੀ ਆ ਉੱਪਰ ਲਿਖੇ ਵਿਚਾਰਨ ਆਪਾਂ ਸਿੱਟੇ ਤੇ ਪਹੁੰਚਿਆ ਹੈ ਕਿ ਸਿਰਫ ਉਹ ਇੱਕ ਸੁਪਤਾਨ ਮੁਖੀ ਆ ਇੱਕ ਰੱਬੜ ਦੀ ਮੂਰ ਆ ਇੱਕ ਸੁਨਹਿਰੀ ਸੇਫਰ ਆ ਬਟ ਮਲਪੀ ਉਹ ਆਪਣੀ ਸ਼ਕਤੀ ਦੀ ਵਰਤੂ ਕਦੇ ਵੀ ਆਪ ਨਹੀਂ ਕਰਤਾ ਹੈਗਾ ਫਿਰ ਨੈਕਸਟ ਕੇ ਬਾਦਸ਼ਾ ਦੀ ਵਸਤੂਪੂਰਕਾ ਉਹ ਆਪਾਂ ਪੜ੍ਹੀ ਸਵਧਾਨਿਕ ਪੂਰਕਾ ਕਿ ਸਰਦਾਨ ਦੇ ਰੂਪ ਵਿੱਚ ਕਿਵੇਂ ਹੈ ਰਿਅਲਿਟੀ ਵਿੱਚ ਕਦੋਂ-ਕਦੋਂ ਬਾਦਸ਼ਾ ਆਪਣੀ ਪਾਵਰ ਦੀ ਯੂਜ਼ ਕਰ ਲੈਂਦਾ ਹੈ ਜਾਂ ਮਲਪੀ ਜਿਹੜੇ ਓਬਜੈਕਸ਼ਨ ਕਰਦੇ ਆਗੇ ਆ ਕਿ ਜਿਹੜਾ ਬਾਦਸ਼ਾ ਵਾ ਉਹ ਗੱਡੀ ਦਾ ਪਹਿਲਾ ਪੱਈਆ ਨਹੀਂ ਹੈਗਾ ਕਈ ਉਹ ਸਿੱਧ ਕਰਦੇ ਐਗਜ਼ਾਮਪਲਸ ਹੁੰਦੇ ਆ ਫਸਟ ਆਫ ਆਲ ਦੀ ਐਗਜ਼ਾਮਪਲ ਹੁੰਦੀ ਹੈ ਪ੍ਰਧਾਨ ਮੰਤਰੀ ਦੀ ਨਿਯੁਕਤੀ ਵਿੱਚ ਕਹਿੰਦਾ ਜਦੋਂ ਠੀਕ ਹੈ ਕਿ ਬਾਦਸ਼ਾਹ ਪ੍ਰਧਾਨ ਮੰਤਰੀ ਨਿਯੁਕਤੀ ਸਤੰਤਰ ਨਹੀਂ ਹੈਗਾ ਪਰ ਤੁਹ ਕੁਝ ਵਿਸ਼ੇਸ਼ ਸਥਿਤੀਆਂ ਵਿੱਚ ਜਿਹੜਾ ਹੈਗਾ ਉਹ ਪ੍ਰਧਾਨ ਮੰਤਰੀ ਨਿਯੁਕਤ ਕਰ ਸਕਦਾ ਜਦੋਂ ਕਿਸੇ ਵੀ ਦਲ ਨੂੰ ਯਾਨੀ ਕਿ ਦੋ ਦਾਲੀ ਉਥੇ ਠੀਕ ਹੈ ਲੇਬਰ ਪਾਰਟੀ ਤੇ ਕੰਜ਼ਰਵੇਟਿਵ ਪਾਰਟੀ ਜਦੋਂ ਕਿਸੇ ਵੀ ਦਵਾ ਦਲਾਂ ਵਿੱਚ ਕਿਸੇ ਨੂੰ ਬਹੁਮਤ ਨਹੀਂ ਪ੍ਰਾਪਤ ਹੋਈ ਤਾਂ ਆਪਣੀ ਮਰਜ਼ੀ ਦਾ ਪ੍ਰਧਾਨ ਮੰਤਰੀ ਨਿਯੁਕਤ ਕਰ ਸਕਦਾ ਹੈ ਜਾਂ ਅਚਾਨਕ ਉਹ ਪ੍ਰਧਾਨ ਮੰਤਰੀ ਅਸਿਫਾ ਦੇ ਦਿੰਦਾ ਹੈ ਜਾਂ ਕਿਸੇ ਦੀ ਮੌਤ ਪ੍ਰਧਾਨ ਮੰਤਰੀ ਮੌਤ ਹੋ ਜਾਂਦੀ ਹੈ ਤਾਂ ਵੀ ਉਪ ਪ੍ਰਧਾਨ ਮੰਤਰੀ ਨਿਯੁਕਤੀ ਕਰ ਸਕਦਾ ਹੈ ਫਿਰ ਨੈਕਸਟ ਕਿਹੜੀ ਪੋਜੀਸ਼ਨ 'ਚ ਉਹ ਕਰ ਸਕਦਾ ਹੈਗਾ ਕਾਮਨ ਸਦਨ ਨੂੰ ਪੰਕ ਕਰਨ ਵਿੱਚ ਬਾਸ਼ੀਰੀ ਪੰਕਾ ਠੀਕ ਹੈ ਕਹਿੰਦਾ ਹੈ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪਿਛਲੇ 100 ਵਰਿਆਂ ਤੋਂ ਬਥੇਰੇ ਸਮੇਂ ਤੱਕ ਵਿੱਚ ਬਾਸ਼ਾ ਨੇ ਕਾਮਨ ਸਦਨ ਨੂੰ ਪੰਕ ਕਰਨ ਦੀ ਪ੍ਰਧਾਨ ਮੰਤਰੀ ਸਪਾਰਸ਼ ਦਾ ਕਦੇ ਵੀ ਅਸਵੀਕਾਰ ਨਹੀਂ ਕੀਤਾ ਪਰੰਤੂ ਫਿਰ ਵੀ ਬਾਸ਼ਾ ਪ੍ਰਧਾਨ ਮੰਤਰੀ ਨੂੰ ਕਾਮਨ ਸਦਨ ਨੂੰ ਤੋੜੇ ਜਾਣ ਦੇ ਵਿਰੁੱਧ ਸਲਾਹਾਂ ਦੇ ਸਕਦਾ ਇਹ ਜਿਹੜਾ ਉਸਲਾਉ ਨੇ ਰਾਮਜ਼ੇ ਮੈਕਡੋਨਲ ਪ੍ਰਧਾਨ ਮੰਤਰੀ ਸੀ ਉਹਨੂੰ ਦਿੱਤੀ ਇਹ ਜਾਰਜ 5ਵੇਂ ਨੇ ਠੀਕ ਹੈ ਕੇਵਲ ਤੂੰ ਇਹ ਜਾਰ ਮਲ ਪਿੰਨਾ ਕਰ ਕਾਮਨ ਸਤਨ ਨੂੰ ਪੰਗ ਨਾ ਕਰ ਨੈਕਸਟ ਹੈਗਾ ਬਾਦਸ਼ਾ ਸੰਵਧਾਨਕ ਦੇ ਰੱਖਿਆ ਕੇ ਰੂਪ ਵਿੱਚ ਆ ਜਿਹੜਾ ਬਾਦਸ਼ਾ ਸ਼ਬਦਾਂ ਦਾ ਰੱਖਿਆ ਕੇ ਰੂਪ ਵਿੱਚ ਵੀ ਆ ਸੰਵਧਾਨਕ ਸਢਕਾਲ ਦੇ ਦੌਰਾਨ ਜਿਹੜੀ ਹੈਗੀ ਆ ਆਪਣੀ ਨੀਜੀ ਇੱਛਾ ਵੀ ਰੂਪ ਸੇ ਸਕਦਾ ਹੈ ਕਵਾਂ ਇੱਕ ਐਗਜ਼ਾਮਪਲ ਦਿੱਤਾ ਜਾਰਜ 5ਵੇਂ ਦੌਰਾਨ ਬਦਾਲ ਮੰਤਰੀ ਦੀ ਪੇਂਟੀ ਤੇ ਉਸ ਨੂੰ ਸਵਾਰਨਾ ਕਰਕੇ ਉਸ ਨੂੰ ਕਾਮਸਦ ਦਾ ਭੰਗ ਕਰਕੇ ਉਹਨੇ ਕਿਹਾ ਸੀ ਕਿ ਨਾਮ ਪੀੜਾ ਹੈਗਾ ਕਾਮਸਦ ਦਾ ਨਾ ਪੰਗ ਕੀਤਾ ਜਾਵੇ ਪ੍ਰਧਾਨ ਮੰਤਰੀ ਕਹੀ ਪਰ ਉਹਨੇ ਕਿਹਾ ਬਾਦਸ਼ਾਹ ਨੇ ਕੀ ਕਰੇ ਤੂੰ ਕਾਮਸਦ ਦਾ ਭੰਗ ਕਰ ਤੇ ਦੁਬਾਰਾ ਵਿਸ਼ਵਾਸ ਹਾਸਲ ਕਰ ਠੀਕ ਹੈ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਹ ਦੁਬਾਰਾ ਵਿਸ਼ਵਾਸ ਹਾਸਲ ਕਰ ਤੇ ਉਹਨੂੰ ਸਲਾਹ ਦਿੱਤੀ ਸੀ ਭਾਵੇਂ ਕਿ ਸੰਵਧਾਨਿਕ ਰੱਖਿਆ ਦੇ ਰੂਪ ਵਿੱਚ ਵੀ ਹੈ ਨੈਕਸਟ ਹੈ ਬਾਦਸ਼ਾਹ ਵਖਾ ਗੁਟਾ ਵਿਸ਼ਕਾਰ ਸ਼ਾਦੀ ਦਾ ਸੰਸਥਾਪਕ ਕਿਉਂਕਿ ਜਿਹੜਾ ਬਾਸ਼ਾ ਜਿਹੜਾ ਹੈਗਾ ਵਾ ਆਪ ਦਲ ਤੋਂ ਉੱਪਰ ਹੁੰਦਾ ਕਿਸੇ ਦਲ ਦੁਆਰਾ ਨਹੀਂ ਚੁਣਿਆ ਗਿਆ ਹੁੰਦਾ ਇਸ ਲਈ ਉਹ ਇੱਕ ਸ਼ਾਂਤੀ ਦਾ ਪ੍ਰਤੀਕ ਹੁੰਦਾ ਤੇ ਕਰੇ ਉਹ ਟਾਂਛੇ ਕੇ ਸ਼ਾਂਤੀ ਬਣਾ ਕੇ ਰੱਖਦਾ ਹੈ। ਬਾਸ਼ਾ ਰਾਸ਼ਟਰੀ ਸੰਕਟ ਨੂੰ ਹੱਲ ਕਰਨ ਲਈ ਵੱਖ-ਵੱਖ ਤਰ੍ਹਾਂ ਦੀ ਮਿਟਕਾਂ ਬਣਾਉਂਦਾ ਹੈ। ਜੇਕਰ ਦੇਸ਼ ਵਿੱਚ ਕਦੇ ਵੀ ਕੋਈ ਰਾਸ਼ਟਰੀ ਸੰਕਟ ਪੈਦਾ ਹੋ ਜਾਂਦਾ ਹੈਗਾ ਵਾ ਤਾਂ ਬਾਸ਼ਾ ਉਸੇ ਹੱਲੇ ਵੱਖ-ਵੱਖ ਰਾਜਦਾਨਾਂ ਦੀ ਸਾਂਝੀ ਬੈਠਕ ਬੁਲਾ ਕੇ ਉਹਨਾਂ ਵਿੱਚ ਸ਼ਾਂਤੀ ਸਥਾਪਿਤ ਕਰ ਸਕਦਾ ਹੈਗਾ। ਵੱਖ-ਵੱਖ ਰਾਜਦਾਨ ਕਿਹੜੀਆਂ? ਕੰਜ਼ਰਵੇਟਿਵ ਪਾਰਟੀ ਤੇ ਲੇਬਰ ਪਾਰਟੀ ਨੈਕਸਟ ਹੈ ਬਾਦਸ਼ਾ ਦਾ ਜਾਣਕਾਰੀ ਪ੍ਰਾਪਤ ਕਰਨ ਦਾ ਅਧਿਕਾਰ ਭਾਸ਼ਾ ਕੋਲ ਇੱਕ ਅਧਿਕਾਰ ਹੈਗਾ ਕਿ ਉਹ ਰਾਜ ਪ੍ਰਬੰਧਨ ਸੰਬੰਧੀ ਕੋਈ ਵੀ ਜਾਣਕਾਰੀ ਹਾਸਲ ਕਰ ਸਕਦਾ ਹੈਗਾ ਫਿਰ ਮੰਤਰੀ ਪਰਿਸ਼ਦ ਨੂੰ ਉਹ ਅਜੰਡੇ ਦੀ ਕਾਪੀ ਜਿਹੜੀ ਅੱਗੇ ਉਹਨੂੰ ਭਾਸ਼ਾ ਨੂੰ ਭੇਜਣੀ ਪੈਂਦੀ ਹੈਗੀ ਆ ਨੈਕਸਟ ਹੈਗਾ ਬਾਦਸ਼ਾ ਇੱਕ ਸਲਾਹਕਾਰ ਦੇ ਰੂਪ ਵਿੱਚ ਬਾਦਸ਼ਾ ਜਿਹੜਾ ਹੈਗਾ ਦੋ ਟਾਈਪ ਦੇ ਤਿੰਨ ਟਾਈਪ ਦੇ ਤੌਰ ਤੇ ਸਲਾਹ ਦੇ ਸਕਦਾ ਹੈਗਾ ਵਾ ਇੱਕ ਤੇ ਹੈਗਾ ਵਾ ਸਲਾਹ ਦੇ ਅਧਿਕਾਰ ਵਿੱਚ ਸਲਾਹਨ ਦੇ ਅਧਿਕਾਰ ਵਿੱਚ ਕਿਵੇਂ ਕਿਉਂਕਿ ਮਲਪੀਓ ਸਲਾਹ ਮਸ਼ਵਰਾ ਦੇ ਸਦਾਰ ਰਿਜ਼ਨ ਕੀ ਜਿਹੜੇ ਸਾਰੇ ਮੰਤਰੀ ਪਰਿਸ਼ਦ ਆ ਜਿੰਨ ਕੀ ਗਲ ਹੈ ਸਾਰੀ ਜਨਤਾ ਜਿਹੜੀ ਹੈ ਉਸ ਦੀ ਸਲਾਹ ਨੂੰ ਮੰਨਦੇ ਆ ਕਾਰਨ ਕੀ ਆ ਇੱਕ ਤਾਂ ਉਹਦਾ ਪ੍ਰਭਾਵਸ਼ਾਲੀ ਵਿਅਕਤੀਤਵ ਹੈ ਤੇ ਸਾਰੇ ਲੋਕੀ ਰਾਜੇ ਦਾ ਉੱਥੋਂ ਦਾ ਸਤਿਕਾਰ ਕਰਦੇ ਆ ਔਰ ਸੈਕੰਡ ਉਹਦਾ ਉਹਦਾ ਜੱਤੀ ਹੁੰਦਾ ਹੈ ਤੇ ਮਲਪੀਓ ਲੰਬੇ ਸਮੇਂ ਤੱਕ ਉਹਦੇ ਤੇ ਰਹਿੰਦਾ ਉਹਨੂੰ ਜ਼ਿਆਦਾ ਤਜਰਬੇ ਦਾ ਰਾਣੀ ਦਿੱਤਾ ਜਿਸਾਰੇ ਮੰਤਰੀ ਲੋਕੀ ਸੋਚਦੇ ਕਿ ਨਹੀਂ ਉਹਦਾ ਫੈਸਲਾ ਸਹੀ ਹੈਗਾ ਆਵਾ ਥਰਡ ਕੇ ਬਾਸ਼ਾਦਲ ਰਾਜਨੀਤੀ ਤੋਂ ਬਿਲਕੁਲ ਹੀ ਨਿਰਪੱਖ ਹੋ ਕੇ ਆਪਣਾ ਫੈਸਲਾ ਲੈਂਦਾ ਹੈ ਕਿ ਉਸ ਚ ਰਾਸ਼ਟਰੀ ਪਮਨਾ ਦਾ ਜ਼ਿਆਦਾ ਵਿਕਾਸ ਹੁੰਦਾ ਹੈ ਐਗਜ਼ਾਮਪਲ ਦਿੱਤੀ ਹੈ ਕਿ ਯੂਰਪੀ ਸੰਘ ਨੂੰ ਛੱਡੇ ਜਾਣ ਦੇ ਸਬੰਧ ਵਿੱਚ ਜਦੋਂ ਕੋਈ ਵਿਵਾਦ ਪੈਦਾ ਹੋਇਆ ਸੀ ਕਿ ਕੁਝ ਕਹਿੰਦੇ ਸੀ ਕਿ ਯੂਰਪੀ ਸੰਘ ਨੂੰ ਛੱਡਿਆ ਜਾਵੇ ਕੁਝ ਕਹਿੰਦੇ ਨਹੀਂ ਛੱਡਿਆ ਜਾਵੇ ਤੇ ਇਸ ਵਿੱਚ ਕਾਫੀ ਜਿਹੜੀ ਆ ਗਈ ਪ੍ਰੋਬਲਮ ਕ੍ਰੀਏਟ ਹੋ ਗਈ ইংল্যান্ড ਵਿੱਚ ਤੇ ਮਾਰੀ ਨਹੀਂ ਅਲੱਗ ਆਇਆ ਬੈ ਜਿਹੜੀ ਸੈਕੰਡ ਜਿਹੜੀ ਅੱਜ ਵੀ ਆ ਗਈ ਹੈ ਉੰਨੇ ਮਲਬਿਕਿਆ ਸੀ ਕਿ ਇਸ ਗਤੀ ਰੋ ਨੂੰ ਜਲਦੀ ਤੋਂ ਜਲਦੀ ਸੋਲਵ ਕੀਤਾ ਜਾਵੇ ਦੂਜੀ ਹਗਾਵਾ ਕਿ ਆਪਾਂ ਪੜ੍ਹ ਰਹੇ ਸੀ ਕਿ ਬਾਦਸ਼ਾਹ ਕਿਸਲਾਹ ਕਰਦੇ ਰੂਪ ਵਿੱਚ ਹੈਗਾ ਇੱਕ ਤਿਆਗਾ ਸੀ ਕਿ ਚਲੋ ਬਾਦਸ਼ਾਹ ਸਲਾਹ ਦੇਣ ਦਾ ਅਧਿਕਾਰ ਤੇ ਚੇਤਾਵਨੀ ਵੀ ਦੇ ਸਕਦਾ ਹੈਗਾ ਚੇਤਾਵਨੀ ਕਿਵੇਂ ਜਿਵੇਂ ਐਗਜ਼ਾਮਪਲ ਦਿੱਤਾ ਬੈਗ ਬੈਗ ਹਾਰਟ ਨੇ ਕਿਹਾ ਵਾ ਕਿ ਜੇਕਰ ਬਾਦਸ਼ਾਹ ਮਹਿਸੂਸ ਕਰਦਾ ਵਾ ਕਿ ਸਰਕਾਰ ਦੁਆਰਾ ਪੜਾਈਆਂ ਵਾਲੀ ਕੋਈ ਵੀ ਨੀਤੀ ਰਾਸ਼ਟਰੀ ਹਿੱਤ ਵਿੱਚ ਨਹੀਂ ਹੈਗੀ ਤਾਂ ਉਹ ਉਸ ਨੂੰ ਚੇਤਾਵਨੀ ਦੇ ਸਕਦਾ ਐਗਜ਼ਾਮਪਲ ਦਿੱਤੀ ਹੈ ਕਿ ਮਹਾਰਾਣੀ ਐਲਿਜ਼ਾਬੈਥ ਨੇ ਜਿਹੜੀ ਪ੍ਰਧਾਨ ਮੰਤਰੀ ਹੀ ਮਾਰਗਟ ਥੈਚਰ ਉਹਨੂੰ ਚੇਤਾਵਨੀ ਦਿੱਤੀ ਕਿ ਤੂੰ ਦੱਖਣੀ ਅਫਰੀਕਾ ਵਿੱਚ ਦਖਲ ਅੰਦਾਜ਼ੀ ਨਾ ਕਰ ਥੜਾ ਦਾ ਉਸ਼ਾਹਤ ਕਰਨ ਦਾ ਅਧਿਕਾਰ ਤੇ ਕਈ ਵਾਰਾਂ ਮਲਪੀੜਾਗਾ ਉਹ ਜਦੋਂ ਕੋਈ ਵਧੀਆ ਕੰਮ ਕਰਦਾ ਉਹਨਾਂ ਨੂੰ ਉਸ਼ਾਹਤ ਵੀ ਕਰਦਾ ਹੈ ਮੰਤਰੀਆਂ ਨੂੰ ਉਸ਼ਾਹਤ ਵੀ ਕਰਤਾ ਹੈ ਨੈਕਸਟ ਪੁਆਇੰਟ ਹੈਗਾ ਭਾਸ਼ਾ ਇਕਤਾ ਦਾ ਪ੍ਰਤੀਕ ਕਿਉਂਕਿ ਬਾਸ਼ਾ ਬਤਾਨੀ ਦੇ ਲੋਕਾਂ ਜਿਹੜਾ ਕਿ ਬਤਾਨੀਆਂ ਵੈਲਸ ਸਕਾਡਲੈਂਡ ਉਤਰੀ ਆਇਲੈਂਡ ਵਿੱਚੋਂ ਦੇ ਆ ਬਤਾਨੀਆਂ ਕਿੰਨੇ ਕਿੰਨੇ ਚੁੰਡੇ ਹੋਇਆ ਬਤਾਨੀਆਂ ਵੈਲਸ ਸਕਾਡਲੈਂਡ ਤੋਂ ਉਤਰੀ ਆ ਰਹੇ ਉਹਨਾਂ ਦੀ ਦੇਸ਼ਤਾ ਇਕਤਾ ਦਾ ਪ੍ਰਤੀਕ ਹੈ ਈਵਨ ਕਿ ਰਾਸ਼ਟਰੀ ਮੰਡਲ ਦੇਸ਼ਾਂ ਦਾ ਵੀ ਇਕਤਾ ਦਾ ਪ੍ਰਤੀਕ ਹੈ ਨੈਕਸਟ ਐਕੋ ਸਮਾਜਿਕ ਮੁਖੀ ਵੀ ਆ ਸਮਾਜਿਕ ਮੁਖੀ ਕੀ ਆ ਕਿ ਸਿਰਫ ਰਾਨੀ ਦੇ ਖੇਤਰ ਵਿੱਚ ਨਹੀਂ ਪ੍ਰਭਾਵ ਕਰਦਾ ਸਮਾਜਿਕ ਮੁਖੀ ਵੀ ਆ ਜਾਨੀ ਕਿ ਜੋ ਵੀ ਉਹ ਫੈਸ਼ਨ ਅਪਣਾਉਂਦਾ ਹੈ ਜੋ ਵੀ ਰਿਤੀ ਰਿਵਾਜ ਅਪਣਾਉਂਦਾ ਹੈ ਜੋ ਵੀ ਨੈਤਿਕ ਨਿਯਮ ਅਪਣਾਉਂਦਾ ਹੈ ਉਹ ਸਾਰੀ ਲੋਕੀ ਸਮਾਜ ਜਿਹੜੇ ਇੰਗਲੈਂਡ ਦੇ ਚੀਜ਼ਾਂ ਨੂੰ ਫੋਲੋ ਕਰ ਲਾ ਪੈਂਦੇ ਆ ਫਿਰ ਅੱਗੇ ਹੈਗਾ ਵਾ ਸੰਵਧਾਨਕ ਪ੍ਰਣਾਲੀ ਦਾ ਅਨਿਖੜਵਾ ਅੰਗ ਕਿਉਂਕਿ ਬਾਦਸ਼ਾਹ ਦੇਸ਼ ਦਾ ਕਾਸਦਮਖੀ ਹੈ ਤੇ ਉਹ ਕਾਸਦਮਖੀ ਵਾਲੇ ਸਾਰੇ ਕੰਮ ਕਰਦਾ ਹੈ ਉਹ ਪ੍ਰਧਾਨ ਮੰਤਰੀ ਦੀ ਨਿਯੁਕਤੀ ਕਰਦਾ ਹੈ ਇਚਲਾਸ ਹਲੁੰਦਾ ਨਿਯੁਕਤੀਆਂ ਕਰਦਾ ਹੈ ਇਹ ਅਨਿਖੜਵਾ ਅੰਗਾ ਤੇ ਉਸ ਨੂੰ ਜਸਟ ਇਹ ਕਹਿ ਲੈਣਾ ਕਿ ਉਹ ਪਰਮ ਆਪਈਆ ਵਾ ਬਿਲਕੁਲ ਕਰਦਾ ਹੈ ਨੈਕਸਟ ਟਾਪਿਕ ਹੈ ਇਹ ਨੈਕਸ ਅਲੱਗ ਕੁਐਸਚਨ ਬਣ ਜਾਂਦਾ ਹੈ ਕਿ ਬਾਦਸ਼ਾਹ ਕੋਈ ਗਲਤੀ ਨਹੀਂ ਕਰਦਾ ਕਿਵੇਂ ਤੁਸੀਂ ਕਹਿ ਸਕਦੇ ਹੋ ਕਿ ਜੇਕਰ ਉਹ ਸ਼ਕਤੀਆਂ ਦੀ ਵਰਤੋਂ ਕਰਦਾ ਹੈ ਤੇ ਫਿਰ ਉਹ ਗਲਤੀ ਕਿਉਂ ਨਹੀਂ ਕਰਦਾ ਰੀਜ਼ਨ ਕੀ ਹੈ ਕਹਿੰਦਾ ਹੈ ਕਿ ਬਾਦਸ਼ਾ ਜਿਹੜਾਗਾ ਭਾਵੇਂ ਕਿ ਬਰਤਾਨੀਆ ਦੇ ਇਤਿਹਾਸ ਚ ਟਿਊਡਰ ਅਤੇ ਸਟੂਡ ਤੋਂ ਬਾਦਸ਼ਾ ਦੁਆਰਾ ਕਿਤੇ ਗਿਆ ਅਤਿਆਚਾਰ ਹੀ ਰਾਣੀ ਦਾ ਭਰਿਆ ਹੈ ਜਨ ਕਿ ਜਦੋਂ ਟਿਊਡਰ ਦਾ ਕਾਲ ਸੀ ਤੇ ਸਟੂਡ ਦਾ ਕਾਲ ਸੀ ਉਦੋਂ ਇੰਗਲੈਂਡ ਦੇ ਜਦੋਂ ਇਹ ਦੋ ਬਾਦਸ਼ਾ ਰਹੇ ਸੀ ਟਿਊਡਰ ਤੇ ਸਟੂਡ ਉਹ ਦੋ ਮਲਪ ਉਹਨਾਂ ਨੇ ਬਹੁਤ ਜ਼ਿਆਦਾ ਅਤਿਆਚਾਰ ਕੀਤਾ ਸੀ ਬਟ ਫਿਰ ਵੀ ਜਿਹੜੇ ਹੈਗੇ ਆ ਇੰਗਲੈਂਡ ਦੇ ਲੋਕ ਉਹਨਾਂ ਦੋਨਾਂ ਛੱਡ ਕੇ ਬਾਅਦ ਵਿੱਚ ਬਾਕੀ ਸਾਰੇ ਬਾਦਸ਼ਾਹ ਨੇ ਜਿਹੜਾ ਹੈਗਾ ਇੰਗਲੈਂਡ ਦੇ ਲੋਕਾਂ ਨਾਲ ਬਹੁਤ ਜ਼ਿਆਦਾ ਪਿਆਰ ਕੀਤਾ ਉਹਨਾਂ ਲਈ ਬਹੁਤ ਜ਼ਿਆਦਾ ਸੈਕਰੀਫਾਈਸ ਕੀਤੀਆਂ ਤੇ ਅੱਜ ਵੀ ਲੋਕ ਇੰਗਲੈਂਡ ਦੇ ਲੋਕ ਕੋਈ ਰੂੜੀਵਾਦੀ ਸੁਭਾਅ ਦੇ ਅੱਜ ਵੀ ਲੋਕ ਜਿਹੜੇ ਸੁੰਦੇ ਆ ਕਿ ਸਾਡੇ ਦੇਸ਼ ਵਿੱਚ ਬਾਦਸ਼ਾਹ ਕਾਇਮ ਰਵੇ ਕਿ ਕਾਫੀ ਵਾਰ ਉਹਨਾਂ ਨੂੰ ਮੌਕਾ ਮਿਲਿਆ ਸੀ ਕਿ ਰਾਜतंत्र ਖਤਮ ਕਰਕੇ ਗਣਤੰਤਰ ਸਥਾਪਿਤ ਕੀਤਾ ਜਾਵੇ ਜਦੋਂ ਉੱਥੋਂ ਦੇ ਬਾਦਸ਼ਾਹ ਜਿਹੜੇ ਹੈਗੇ ਕਿਸੇ ਨਾ ਕਿਸੇ ਕਾਰਜ ਕਰਕੇ ਜਦੋਂ ਕ੍ਰਾਂਤੀ ਆਉਂਦੀ ਸੀ ਗੱਦੀ ਛੱਡ ਕੇ ਭੱਜ ਜਾਂਦੇ ਸੀ ਬਟ ਫਿਰ ਵੀ ਜਿਹੜੇ ਹੈਗੇ ਇੰਗਲੈਂਡ ਦੇ ਲੋਕ ਉਹਨਾਂ ਨੂੰ ਬੁ ਇਸ ਵਿੱਚ ਜਰੂਰ ਰਹਿਣਾ ਚਾਹੀਦਾ ਹੈ ਕੰਮ ਇੱਕ ਐਗਜ਼ਾਮਪਲ ਦਿੱਤੀ ਹੈ ਕਿ ਬਾਦਸ਼ਾ ਚਾਰਲਸ ਦੁੱੱਚੇ ਦੇ ਸੌਣ ਵਾਲੇ ਕਮਰੇ ਦੇ ਪਾਰ ਉਸ ਤੇ ਦਰਬਾਰੀ ਅਲ ਆਫ ਰੋਚਰਟਸ ਨੇ ਲਿਖਿਆ ਸੀ ਕਿ ਇੱਥੇ ਸੌਂਦਾ ਹੈ ਸਾਡਾ ਪ੍ਰਭੂ ਦਾ ਸਤਾਸ਼ਾਲੀ ਬਾਦਸ਼ਾ ਜਿਸੇ ਸ਼ਬਦ ਤੇ ਕੋਈ ਵਿਸ਼ਵਾਸ ਨਹੀਂ ਕਰਦਾ ਜਿਹੜਾ ਕਦੇ ਮੁਰਖਾਲੀ ਕਹਿੰਦੀ ਨਹੀਂ ਕਰਦਾ ਤੇ ਨਾ ਹੀ ਉਹ ਸਿਆਣਪ ਵਾਲੀ ਗੱਲ ਕਰਦਾ ਭਾਵ ਕਿ ਬਾਦਸ਼ਾ ਸਿਰਫ ਨਾਂੰਦਾ ਹੈ ਤੇ ਉਹ ਕੋਈ ਵੀ ਜਿਹੜਾ ਕੰਮ ਆ ਉਹ ਆਪਣੇ ਉਹਦੇ ਨਾਂ ਤੇ ਹੁੰਦੇ ਕੰਮ ਉਹ ਆਪ ਕੰਮ ਨਹੀਂ ਕਰਦਾਗਾ ਉਹ ਕਵੇਂ ਆ ਉਹਨਾਂ ਨੇ ਕੋਪਾਰਟ ਸਿੱਧਿਆ ਗਿਆ ਕਿ ਬਾਦਸ਼ਾਹ ਕਾਨੂੰਨ ਤੋਂ ਉੱਪਰ ਆ ਕਹਿੰਦਾ ਜਿਵੇਂ ਆਪਾਂ ਪਿੱਛੇ ਪੜਿਆ ਸੀ ਕਿ ਬਾਦਸ਼ਾਹ ਡਾਗਾਵਾ ਕਾਨੂੰਨ ਤੋਂ ਉੱਪਰ ਆ ਹੈ ਅਤੇ ਉਸ ਦੇ ਵਿਰੁੱਧ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾ ਸਕਦੀ ਆ ਕਿ ਨਾ ਟੈਕਸ ਦਿੰਦਾ ਹੈ ਤੇ ਭਾਂਦਰ ਚੈੱਕ ਕਰ ਅਮਲ ਟੈਕਸ ਨਹੀਂ ਦਿੰਦਾ ਤਾਂ ਉਸ ਤੇ ਕੋਈ ਕਾਰਵਾਈ ਵੀ ਨਹੀਂ ਕੀਤੀ ਜਾ ਸਕਦੀ ਜਿੰਨ ਕੇ ਕਾਨੂੰਨ ਤੋਂ ਉੱਪਰ ਆ ਨਾ ਉਹ ਕੋਈ ਸਜ਼ਾ ਦਿੱਤੀ ਜਾ ਸਕਦੀ ਆ ਤਾਂ ਨਾ ਹੀ ਉਹਨੂੰ ਟੈਕਸ ਦੇਣ ਲਈ ਮਜਬੂਰ ਕੀਤਾ ਜਾ ਸਕਦਾ ਹੈ ਨੈਕਸਟ ਹੈਗਾ ਭਾਸ਼ਾ ਨਾਮਤ ਦਾ ਕਾਸਦ ਮੁਖੀ ਹੈ ਕਿਉਂਕਿ ਇੰਗਲੈਂਡ ਵਿੱਚ ਸੰਸਦੀ ਪ੍ਰਣਾਲੀ ਸਰਕਾਰ ਹੈ ਤੇ ਇਸ ਕਰਕੇ ਜਿਹੜਾ ਭਾਸ਼ਾ ਨਾਮਤ ਦਾ ਕਾਸਦ ਮੁਖੀ ਹੈ ਬਾਕੀ ਉਹਦੇ ਨਾਲ ਦੀ ਸ਼ਕਤੀਆਂ ਦੀ ਵਰਤੋਂ ਜਿਹੜਾ ਪ੍ਰਧਾਨ ਮੰਤਰੀ ਕਰਦਾ ਹੈ ਇਸ ਕਰਕੇ ਉਹ ਕੋਈ ਗਲਤੀ ਨਹੀਂ ਕਰਦਾ ਹੈਗਾ ਨੈਕਸਟ ਹੈ ਬਾਸ਼ਾ ਦੇ ਹਰ ਕਾਜ ਜੁਮੇਂਦਤ ਮੰਤਰੀ ਦੀ ਤਸਦੀਕ ਦੀ ਦਸਤਖਤ ਹੁੰਦੀਆਂ ਨੇ ਜਦੋਂ ਵੀ ਬਾਸ਼ਾ ਜਿਹੜੇ ਅੱਗੇ ਕਿਸੇ ਚੀਤੇ ਪ੍ਰਮਾਨਗੀ ਦਿੰਦਾ ਮੰਤਰੀ ਪਰਿਸ਼ਦ ਦੇ ਪ੍ਰਮਾਨਗੀ ਦਿੰਦਾ ਵਾ ਸਨਮਾਨ ਦੇ ਅਹੁਦੇ ਤੇ ਪ੍ਰਮਾਨਗੀ ਦਿੰਦਾ ਹੈਗਾ ਵਾ ਸਰੋਤ ਤੇ ਦਿੰਦਾ ਵਾ ਕੋਈ ਫੈਸਲਾ ਕਰਦਾ ਵਾ ਤੇ ਉਹਦੇ ਤੇ ਫੈਸਲੇ ਤੇ ਪਹਿਲਾਂ ਜਿਹੜੇ ਜਿਹੜਾ ਸੰਬੰਧਤ ਮੰਤਰੀ ਆ ਉਹਦੇ ਸਾਈਨ ਜਰੂਰ ਹੁੰਦੇ ਇਸ ਕਰਕੇ ਮੰਤਰੀ ਜ਼ਿੰਮੇਵਾਰ ਹੁੰਦਾ ਹੈ ਨਾ ਕਿ ਬਾਸ਼ਾ ਜ਼ਿੰਮੇਵਾਰ ਹੁੰਦਾ ਹੈ ਸੰਘਾਸਨ ਤੋਂ ਭਾਸ਼ਣ ਸਿਰਫ ਬਾਸ਼ਾ ਪੜ੍ਹਦਾ ਹੈ ਜਿਹੜਾ ਸੰਘਾਸਨ ਤੋਂ ਜਿਹੜਾ ਭਾਸ਼ਣ ਪੜਾਇਆ ਜਾਂਦਾ ਹੈ ਜਾਨੀ ਕਿ ਇਜਲਾਸ ਹੁੰਦਾ ਮੰਤਰੀ ਪਰਿਸ਼ਦ ਦਾ ਪਹਿ ਉਹ ਭਾਸ਼ਣ ਹੀ ਪੜਦਾ ਹੈ ਉਹ ਵੀ ਮੰਤਰੀਆਂ ਨੇ ਤਿਆਰ ਕੀਤਾ ਹੁੰਦਾ ਹੈ ਇੱਕ ਐਗਜ਼ਾਮਪਲ ਆ ਕਿ ਜਦੋਂ ਜਿਹੜੀ ਹੈਗੀ ਹੈ ਅਮਰੀਕਾ ਦੀ ਰਾਣੀ ਸੀ ਉਹ ਚਾਹੁੰਦੀ ਸੀ ਕਿ ਇਸ ਭਾਸ਼ਣ ਵਿੱਚ ਕੁਝ ਤਬਦੀਲੀਆਂ ਕੀਤੀਆਂ ਜਾਣ ਤੇ ਉਹਨੇ ਕਿਹਾ ਸੀ ਮੰਤਰੀਆਂ ਨੇ ਕਿਹਾ ਸੀ ਕਿ ਨਹੀਂ ਇਸ ਵਿੱਚ ਅਸੀਂ ਕੋਈ ਤਬਦੀਲੀਆਂ ਨਹੀਂ ਕਰ ਸਕਦੇ ਆ ਕਿ 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 ਇਹ ਜਿਹੜਾ ਹੈਗਾ ਵੇ ਦੇਚ ਇਹਦੇ ਵਿੱਚ ਕਾਨੂੰਨਾਂ ਦਾ ਵਰਨ ਕੀਤਾ ਗਿਆ ਤੁਸੀਂ ਆਪਣੀ ਨਿਜੀ ਭਾਵਨਾ ਨਾਲ ਜਿਹੜੇ ਹੈਗੇ ਇਸ ਨੂੰ ਪਾਸ ਨੂੰ ਨਾ ਨਾ ਜੋੜੋ ਤੁਸੀਂ ਜਸਟ ਇੱਕ ਪਾਸਾ ਪੜ੍ਹਨਾ ਹੈ ਲੱਗ ਸਕੋ ਉੱਚੀਆਂ ਨਿਯੁਕਤੀਆਂ ਦੀ ਸੂਚੀ ਜਿਹੜਾ ਹੈਗਾ ਉੱਤੇ ਬਾਦਸ਼ਾਹ ਦੀ ਪ੍ਰਮਾਨਗੀ ਕੇਵਲ ਰਸਮੀ ਹੈ ਠੀਕ ਹੈ ਕਿ ਬਾਦਸ਼ਾਹ ਉੱਚੀਆਂ ਨਿਯੁਕਤੀਆਂ ਕਰਦਾ ਮੰਤਰੀਆਂ ਨਹੀਂ ਕਰਦੇ ਆ ਪ੍ਰਧਾਨ ਮੰਤਰੀ ਦੀ ਜੱਜਰੀ ਨਿਯੁਕਤੀ ਕਰਦਾ ਵਾ ਜਿਹੜੇ ਹੈਗੇ ਪੀਅਰ ਨਿਯੁਕਤੀ ਕਰਦਾ ਬਟ ਉਹਨਾਂ ਸਾਰੀ ਦੀ ਸੂਚੀ ਜਿਹੜੀ ਹੈਗੀ ਹੈ ਪ੍ਰਧਾਨ ਮੰਤਰੀ ਹੀ ਤਿਆਰ ਕਰਦਾ ਹੈ ਉਹ ਸਿਰਫ ਰਸਮੀ ਪ੍ਰਵਾਨਗੀ ਦਿੰਦਾ ਹੈ ਕਿਸੇ ਵੀ ਗਲਤ ਕੰਮ ਲਈ ਬਾਦਸ਼ਾਹ ਜਿਹੜਾ ਗਵਾ ਬਾਦਸ਼ਾਹ ਦੀ ਆੜ ਨਹੀਂ ਲਈ ਜਾ ਸਕਦੀ ਹੈਗੀ ਲੇਕੋ ਕੋਈ ਵੀ ਮੰਤਰੀ ਜਾਂ ਸਰਕਾਰੀ ਕਰਮਚਾਰੀ ਇਹ ਨਹੀਂ ਕਹਿ ਸਕਦਾ ਕਿ ਕਹੇ ਜਾਣੀ ਛੜਸਦਾ ਕਿ ਕੰਮ ਬਾਦਸ਼ਾਹ ਨੇ ਕੀਤਾ ਹੈ ਠੀਕ ਹੈ ਇੱਕ ਐਗਜ਼ਾਮਪਲ ਦਿੱਤੀ ਗਈ ਹੈ ਕਿ ਇੱਕ ਜਿਹੜਾ ਹੈ ਰਸੀ ਮੰਤਰੀ ਹੀ ਉਹਨੂੰ ਉਹਨੇ ਫਰਾਂਸਿਸ ਸੰਬੰਧਿਤ ਬਤਾਨੇ ਦੇ ਰਾਜ ਨੂੰ ਇੱਕ ਪੱਤਰ ਲਿਖਿਆ ਸੀ ਤੇ ਉਹਦੇ ਇਖਲਾਫ ਜਿਹੜਾ ਕਿ ਦੋਸ਼ ਲਾਗੋ ਕੀਤਾ ਤੇ ਉਹਨੇ ਕਹਿਤਾ ਕਿ ਬਾਦਸ਼ਾਹ ਨੇ ਪਰਮਾਨੀ ਦਿੱਤੀ ਆ ਬਟਮਲਪੀ ਉਹਤੇ ਇਹ ਮਲਪੀ ਸਵਦੀ ਕੀਤਾ ਕਿ ਬਾਦਸ਼ਾਹ ਜਸਟ ਪਰਮਾਨੀ ਦਿੰਦਾ ਤੁਸੀਂ ਸਾਈਨ ਕਰ ਲਿਓ ਇਸ ਕਰਕੇ ਦੋਸ਼ੀ ਵੀ ਤੁਸੀਂ ਹੋ ਤੁਹਾਨੂੰ ਕੋਈ ਜਿਹੜਾ ਖਮਾ ਪੱਤਰ ਜਿਹੜਾਗਾ ਮਾਫੀ ਨਹੀਂ ਦਿੱਤੀ ਜਾਏਗੀ ਸਿੱਟਾ ਉਪਰ ਲਿਖੇ ਵਿਚਾਰਾਂ ਪਰੰਪਰੇ ਸਿੱਟੇ ਤੇ ਪਹੁੰਚਿਆ ਕਿ ਰਾਜ ਸੱਚਮੁੱਚ ਹੀ ਜਿਹੜਾ ਰਾਜਾ ਸੱਚਮੁੱਚ ਕੋਈ ਗਲਤੀ ਨਹੀਂ ਕਰਦਾ ਕਿਉਂਕਿ ਬਾਦਸ਼ਾਹ ਦਰਬਾਰ ਕਿਤੇ ਜਾਣ ਵਾਲੇ ਹਰ ਕੰਮ ਉਤੇ ਉਹਦਾ ਮੰਤਰੀ ਹੁੰਦਾ ਵਾ ਸਬੰਧਤ ਮੰਤਰੀ ਉਹ ਜ਼ਿੰਮੇਵਾਰ ਹੁੰਦਾ ਹੈ ਨੈਕਸਟ ਆਪਾਂ ਟੌਪਿਕ ਕਰਾਂਗੇ ਐਮਐਲਪੀ ਹੈਗਾ ਵਾ ਬਾਤਾਂ ਨਹੀਂ ਵਿੱਚ ਰਾਤ ਦੇ ਅੰਦਰ ਦੀ ਉੱਚਤਾ ਕਿਉਂ ਆ ਜਾਂ ਅਜੇ ਵੀ ਰਾਤ ਨੂੰ ਸੁਰੱਖਿਤ ਕਿਉਂ ਆ ਬੜਾ ਇਹ ਬਹੁਤ ਈਜ਼ ਆ ਤੁਸੀਂ ਇਹ ਬੁੱਕ ਦੇ ਵਿੱਚੋਂ ਹੀ ਕਰ ਲਿਓ ਕਿ ਇਹਦੇ ਵਿੱਚ ਦੱਸਿਆ ਵਾ ਕਿ ਕਿਉਂਕਿ ਉਹਦਾ ਇਤਿਹਾਸ ਇੰਗਲੈਂਡ ਦਾ ਇਤਿਹਾਸ ਬਹੁਤ ਪੁਰਾਣਾ ਵਾ ਕਿ ਜੋ ਉਸਤਾਰ 1600 ਸਦੀ ਤੋਂ ਲੈ ਕੇ ਹੁਣ ਤੱਕ ਜਿਹੜੇ ਹੈਗੇ ਆ ਉਹ ਇੰਗਲੈਂਡ ਮਲਬੀ ਆਪਣੇ ਚੌਂਦੇ ਦੇਸ਼ ਵਿੱਚ ਕਿਹ ਮਲਬੀ ਸਾਡੇ ਦੇਸ਼ ਵਿੱਚ ਬਾਦਸ਼ਾਹ ਜ਼ਰੂਰ ਹੋਏ ਸਿਰਫ 1759 ਤੋਂ ਲੈ ਕੇ 60 ਤੱਕ 11 ਸਾਲ ਦੇ ਕਾਲ ਦਾ ਜਿਹੜਾ ਹੈਗਾ ਰਾਜ ਅੰਦਰ ਅੰਤ ਹੋਇਆ ਸੀ ਤੇ ਉਹਦੇ ਵਿੱਚ ਵੀ ਜਿਹੜਾ ਹੈਗਾ ਸੀ ਵੀ ਬਾਅਦ ਵਿੱਚ ਉਹਨਾਂ ਨੇ ਜਿਹੜਾ ਜਿਹੜਾ ਵੀ ਕੋਈ ਬਾਦਸ਼ਾਹ ਤੋਂ ਭੱਜ ਕੇ ਗਿਆ ਸੀ ਕਿਸੇ ਤਰ੍ਹਾਂ ਵੀ ਇੰਗਲੈਂਡ ਦੇ ਬਾਸ਼ਨ ਫਿਰ ਉੱਥੇ ਸਤਾਫਤ ਕੀਤਾ ਗਿਆ ਸੀ ਕਿ ਨਹੀਂ ਸਾਨੂੰ ਜਿਹੜਾ ਗੰਦਰਾਜ ਨਹੀਂ ਚਾਹੀਦਾ ਸਾਨੂੰ ਰਾਜਤੰਤਰ ਹੀ ਚਾਹੀਦਾ ਹੈ ਗਵਾ ਕਿ ਜਨਤਾ ਵਿੱਚ ਇੰਨੀ ਜ਼ਿਆਦਾ ਰਾਜਤੰਤਰਤਾ ਹਰਮਨ ਪਿਆਰਤਾ ਵਕਤ ਇੰਨਾ ਬਾਸ਼ਾ ਨੂੰ ਸਨਮਾਨ ਸਤਕਾਰ ਕਰਦੇ ਆ ਵੈਸੇ ਵੀ ਕਹਿੰਦੇ ਕਿ ਜਿਹੜੀਆਂ ਵੀ ਉਹਦੀਆਂ ਨੇ ਕਰੰਟ ਅਫੇਅਰਸ ਹੁੰਦੀਆਂ ਵਾਂ ਜਾਂ ਅਖਬਾਰਾਂ ਦੇ ਪਹਿਲੇ ਬੰਨੇ ਹੁੰਦੇ ਆ ਉੱਥੇ ਜਿਆਦਾ ਰਾਜੇ ਰਾਣੀਆਂ ਬਾਰੇ ਗੱਲ ਨਹੀਂ ਲਿਖਿਆ ਹੁੰਦੀ ਆ ਬਾਦਸ਼ਾਹ ਦੇ ਬਾਰੇ ਫੈਮਿਲੀ ਬਾਰੇ ਹੀ ਗੱਲਾਂ ਲਿਖਿਆ ਹੁੰਦੀਆਂ ਤੇ ਬਾਦਸ਼ਾਹ ਵੀ ਜਿਹੜਾ ਗਵਾ ਨੇਰ ਸਵਾਰਥ ਓਕੇ ਨੇ ਇਹਦੇ ਵਿੱਚ ਪਾਇੰਟ ਸਥਿਤ ਹੈ ਗਿਆ ਕਿਉਂ ਮਰਪੀ ਇਹਨਾਂ ਦਾ ਇੰਨਾ ਪਿਆਰ ਹੈ ਕਿਉਂਕਿ ਫਸਟ ਆਫ ਆਲ ਇਹ ਕੋਨਾਂ ਦਾ ਰੋਲੀ ਪਾਦੀ ਸੁਭਾਵਾ ਉਹ ਆਪਣੀਆਂ ਪ੍ਰਾਣੀਆਂ ਸੰਸਥਾਵਾਂ ਨਾਲ ਆਪਣੀਆਂ ਪ੍ਰਥਾਵਾਂ ਨਾਲ ਰੀਤੀ ਰਿਵਾਜਾਂ ਨਾਲ ਬੱਝੋਏ ਆ ਕਿਉਂਕਿ ਉਹਨਾਂ ਦਾ ਇਤਿਹਾਸ ਹੈ ਕਿ ਸ਼ੁਰੂ ਤੋਂ ਉੱਥੇ ਰਾਜਾ ਰਾਜ ਕਰਦਾ ਆਇਆ ਵਾ ਇਸ ਕਰਕੇ ਉਹ ਚੀਜ਼ਾਂ 'ਚ ਵਿਸ਼ਵਾਸ ਰੱਖਦੇ ਆ ਕਿ ਸੈਕੰਡ ਅੱਗੇ ਪੁਆਇੰਟ ਦਾ ਪਤਾ ਨੇ ਲੋਕਾਂ ਚ ਗਨਤੰਤਰ ਪਾਉਣ ਦੇ ਕਰੇ ਕਦੇ ਲੋਕਾਂ ਨੇ ਕਦੇ ਵੀ ਨਹੀਂ ਮਹਿਸੂਸ ਕੀਤਾ ਕਿ ਸਾਡੇ ਦੇਸ਼ ਵਿੱਚ ਗਨਤੰਤਰ ਹੋਣਾ ਚਾਹੀਦਾ ਉਹ ਹਮੇਸ਼ਾ ਚਾਹੁੰਦੇ ਹੈ ਕਿ ਕਈ ਵਾਰਾ ਮੌਕਾ ਮਿਲਿਆ ਉਹਨਾਂ ਨੂੰ ਗਨਤੰਤਰ ਸਥਾਪਿਤ ਕਰਨ ਦਾ ਬਟ ਹਮੇਸ਼ਾ ਉਹਨਾਂ ਨੇ ਮਰਪੇ ਖੁਦ ਹੀ ਬਾਸ਼ਾ ਲਿਆ ਕੇ ਬਾਸ਼ਾ ਨੂੰ ਆਪ ਰਿਕਵੈਸਟ ਕਰਕੇ ਉੱਥੇ ਗੱਦੀ ਤੇ ਬਿਠਾਇਆ ਉਹ ਚਾਹੁੰਦੇ ਕਿ ਸਾਡੇ ਦੇਸ਼ ਵਿੱਚ ਹਮੇਸ਼ਾ ਹੀ ਬਦਰਾਤੰਤਰ ਬਣਿਆ ਰਹੇ ਬਾਸ਼ਾ ਸੰਸਦ ਸਰਕਾਰੀ ਆਪਸੇ ਕਿਆ ਕਿਉਂ ਲਾਪੇ ਲਾਦਾਇ ਕੰਮ ਕونکہ ਨਾਮਾਤ ਦਾ ਕਾਸਦ ਮੁਖੀ ਆ ਉਹ ਸੋਚਦੇ ਆ ਕਿ ਜੇਕਰ ਜਿਹੜਾ ਗਵਾ ਜਿਹੜਾ ਕਾਸਦ ਮੁਖੀ ਚੁਣਿਆ ਵੀ ਗਿਆ ਜੇ ਮੰਨ ਲਓ ਸਪੋਇਲਰ ਉਹ ਗੰਧੰਤਰ ਆ ਜਿਵੇਂ ਆਪਣੇ ਇੰਡੀਆ ਵਿੱਚ ਤਾਂ ਜੇਕਰ ਉਹ ਚੁਣਿਆ ਗਿਆ ਤਾਂ ਉਹ ਤੇ ਮਿਲ ਕਿਸੇ ਪਾਰਟੀ ਨੂੰ ਮਿਲ ਵੀ ਪਹਿਲ ਦੇਵੇਗਾ ਜਿਵੇਂ ਕਿ ਆਰਮਨਤ ਕੋਵਿੰਦ ਆਪਣਾ ਤਾਂ ਉਹ ਭੀਜਪੀ ਪਾਰਟੀ ਨੂੰ ਪਹਿਲ ਦਿੰਦਾ ਹੈਗਾ ਕਿਸੇ ਨਾ ਕਿਸੇ ਪਾਰਟੀ ਨਾਲ ਬਿਲੋਂਗ ਹੋਏਗਾ ਫਿਰ ਉਹਦੇ ਚੋਣਾਂ ਤੇ ਬਹੁਤ ਜ਼ਿਆਦਾ ਖਰਚ ਆਏਗਾ ਇਸ ਕਰਕੇ ਸਾਨੂੰ ਜਿਹੜਾ ਗੰਧੰਤਰ ਪਸੰਦ ਨਹੀਂ ਸਾਡਾ ਬਾਦਸ਼ਾਹੀ ਇੱਥੇ ਹੋਣਾ ਚਾਹੀਦਾ ਕਾਸਦ ਮੁਖੀ ਤੋਂ ਅੱਗੇ ਨੈਕਸਟ ਫਿਰ ਕਹਿ ਦਿੰਦੇ ਆ ਗਿਆ ਦੇ ਬਾਦਸ਼ਾ ਇੱਕ ਸਲਾਹਕਾਰ ਆਲੋਚਕ ਦੇ ਦੋਸਤ ਦੇ ਰੂਪ ਵਿੱਚ ਵੀ ਆ ਸਲਾਹਕਾਰ ਵੀ ਦਿੰਦਾ ਸਲਾਹ ਵੀ ਦਿੰਦਾ ਲੋੜ ਪੈਣ ਤੇ ਸਲਾਹ مشورہ ਦਿੰਦਾ ਹੈ ਹੌਸਲਾ ਦਿੰਦਾ ਚੇਤਾਵਨੀ ਦਿੰਦਾ ਹੈ ਤੇ ਆਲੋਚਨਾ ਵੀ ਕਰਦਾ ਜੇਕਰ ਮਲਪੀ ਕੋਈ ਕਿਨੇ ਜਿਹੜਾ ਕੰਮ ਪ੍ਰਧਾਨ ਮੰਤਰੀ ਨੇ ਭਾਵੇਂ ਕੰਮ ਗਲਤ ਕੀਤਾ ਤੇ ਉਹਦੀ ਆਲੋਚਨਾ ਵੀ ਕਰਦਾ ਤੇ ਚੇਤਾਵਨੀ ਵੀ ਦਿੰਦਾ ਹੈ ਕਵਾ ਬਾਦਸ਼ਾ ਜਿਹੜਾ ਕਵਾ ਇੱਕ ਤਾਤਾ ਪ੍ਰਤੀਕ ਹੈ ਕਿਉਂਕਿ ਉਹ ਜਿਹੜਾ ਹੈ ਕਵਾ ਬਾਦਸ਼ਾ ਜਿਹੜਾ ਹੈ ਸਾਰੇ ਦੇਸ਼ ਦਾ ਨੇਤਨ ਦਾ ਵਾ ਤੇ ਆਪਣੀ ਜਿਹੜਿਆ ਗਿਆ ਜਿਹੜੇ ਮਲਪੀ ਰਾਣੀਿਤ ਤੋਂ ਉਪਰੋਂ ਆਇਆ ਤਾਂ ਸਾਰੇ ਮਲਪੀ ਸੋਚਦੇ ਲੋਕ ਸੋਚਦੇ ਕਿ ਜਿਹੜਾ ਬਾਦਸ਼ਾਹ ਦਾ ਫੈਸਲਾ ਵਾ ਉਹ ਨਿਰਪੱਖ ਹੋ ਕੇ ਲੋਕਾਂ ਦੇ ਭਲਾਈ ਲਈ ਹੋਗਾ ਕਿਸੇ ਰਾਣੀਿਤ ਤੋਂ ਪ੍ਰੇਰਿਤ ਨਹੀਂ ਹੋਗਾ ਇਕਤਾ ਦਾ ਪ੍ਰਤੀਕ ਹੁੰਦਾ ਹੈਗਾ ਵਾ ਨਕਸ਼ਾ ਦਾ ਬਾਦਸ਼ਾਹ ਰਾਸ਼ਟ ਮੰਡਲ ਤੇ ਬ੍ਰਿਟਿਸ਼ ਨੋਆਬਾਦੀਆਂ ਦਾ ਵੀ ਪ੍ਰਤੀਕ ਹੈ ਜਿਹੜੇ ਨੋਆਬਾਦੀਆਂ ਬ੍ਰਿਟਿਸ਼ੀਅਨ ਉਹਨਾਂ ਦਾ ਵੀ ਜਿਹੜਾਗਾ ਰਾਜ ਹੈ ਹੋਈ ਆ ਫਿਰ ਨੈਕਸਟ ਹੈ ਬਾਦਸ਼ਾਹੀ ਡੂੰਗਾ ਪਿਆਰ ਲੋਕਾਂ ਦਾ ਉੱਥੇ ਬਾਦਸ਼ਾਹੀ ਬਹੁਤ ਜਦਾ ਡੂੰਗਾ ਪਿਆਰ ਆ ਉਹ ਕਦੇ ਸੋਚ ਵੀ ਨਹੀਂ ਸਕਦੇ ਇਮੇਜਿਨੇਸ਼ਨ ਵੀ ਕਰਦੇਗੇ ਬਾਦਸ਼ਾਹ ਤੋਂ ਬਿਨਾ ਸਾਡਾ ਰਾਜ ਕਿ ਹੋ ਜਾਗਾ ਕਹਿੰਦਾ ਕਿ ਉਹਨਾਂ ਨੇ ਕਿਹਾ ਵਾ ਕਿ ਬਾਦਸ਼ਾਹ ਦੀ ਬਕਿੰਗੋ ਮਹਿਲ ਵਿੱਚ ਬੜੇ ਰਿਆ ਨਾਲ ਲੋਕਾਂ ਦੇ ਆਪਣੇ ਬਿਸਤਰੇ ਦੇ ਵਦੇਰੇ ਸ਼ਾਂਤੀ ਨਾਲ ਸੌਂਦੇ ਹਨ ਜਾਨੀ ਕਿ ਉਹ ਮਹਿਸੂਸ ਕਰਦੇ ਕਿ ਬਾਦਸ਼ਾਹ ਸਾਡਾ ਜਿਹੜਾ ਹੈਗਾ ਤੇ ਅਸੀਂ ਮਨਪਿੰਿਸ਼ਚਿਤ ਹੋ ਕੇ ਸੌ ਸਕਦੇ ਹਾਂ ਫਿਰ ਨੈਕਸਟ ਹੈ ਭਾਸ਼ਾ ਰਾਜ ਸਮਾਜਿਕ ਮੁਖੀ ਵੀ ਹੈ ਕਿ ਜੋ ਵੀ ਉਹ ਨਿਤੀ ਰੀਤੀ ਰਿਵਾਜ ਅਪਣਾਉਂਦਾ ਵਾ ਉਤਾਰ ਮਨੇਤਾ ਵੀ ਆਦਾਨ ਫੈਸ਼ਨ ਕਲਾ ਸਾਹਿਤਾ ਨੇਤਾ ਹੈ ਇੱਕ ਇਕਜ਼ੈਂਪਲ ਆ ਕਿੰਦਾ ਕਿ ਮਲਪੀ ਮਹਾਰਾਣੀ ਨੇ ਤੇ ਉਹਦੇ ਬੱਚਿਆਂ ਦੇ ਦੁਸ਼ ਸ਼ਾਮ ਨੂੰ ਸੈਰ ਕਰਦੇ ਸੀ ਉਹਨਾਂ ਨੇ ਹੈਲਮਟ ਪਾਉਣਾ ਛੱਡ ਦਿੱਤੇ ਸੀ ਤੇ ਲੋਕਾਂ ਨੇ ਇੰਗਲੈਂਡ ਦੇ ਲੋਕਾਂ ਨੇ ਵੀ ਹੈਲਮਟ ਪਾਉਣਾ ਛੱਡ ਦਿੱਤੇ ਬਾਅਦ ਵਿੱਚ ਜਿਹੜੇ ਉੱਥੋਂ ਦੇ ਵਿਕਰੇਤਾ ਸੀ ਉਹਨਾਂ ਨੇ ਫਿਰ ਜਾ ਕੇ ਮਲਪੀ ਇੱਕ ਰਿਕਵੈਸਟ ਕੀਤੀ ਕਿ ਪਲੀਜ਼ ਤੁਸੀਂ ਹੈਲਮਟ ਪਾਓ ਕਿਉਂਕਿ ਤੁਹਾਨੂੰ ਮਲਪੀ ਇਹ ਨਾਲ ਕੀ ਹੋਇਆ ਕਿ ਤੁਸੀਂ ਨਾ ਪਾਉਣਾ ਕਰਕੇ ਸਾਡੇ ਜਿਹੜੇ ਹੈਲਮਟ ਵਿਕਦੇ ਨਹੀਂ ਪਏ ਹੈਗੇ ਤੇ ਹੈਲਮਟ ਸੋਰੀ ਮੈਂ ਕ ਟੋਪੀ ਜੀ ਟੋਪੀ ਬੰਦੇ ਇਸੇ ਤੇ ਤੇ ਫਿਰ ਜਿਹੜੀ ਹੈਗੀ ਮਹਾਰਾਣੀ ਨੇ ਉਹਨਾਂ ਨੇ ਕਹਤੇ ਦੁਬਾਰਾ ਹੈਡ ਪਾਉਣ ਸ਼ੁਰੂ ਕਰਤਾ ਲੋਕਾਂ ਨੇ ਦੁਬਾਰਾ ਉਹ ਚੀਜ਼ ਨੂੰ ਫਿਰ ਫੋਲੋ ਕਰਨਾ ਸ਼ੁਰੂ ਕਰਤਾ ਨੈਕਸਟ ਹੈ ਕਿ ਬਾਦਸ਼ਾ ਅਪਜੋਗੀ ਵੀ ਹੈ ਤੇ ਰਾਜਤੰਤਰ ਦਾ ਖਰਚੀਲਾ ਨਹੀਂ ਹੈਗਾ ਤੇ ਰਾਜਤੰਤਰ ਜਿਹੜਾ ਹੈਗਾ ਵਾ ਰੁਕਾ ਲੋਕਤੰਤਰ ਤੇ ਜੋ ਰੁਕਾਵਟ ਨਹੀਂ ਹੈਗਾ ਬਾਸ਼ਾ ਸ਼ਬਦਾਂ ਦਾ ਪੈਰੇਦਾਰ ਹੈ ਬਾਸ਼ਾ ਇੱਕ ਬਚੂਲੇ ਦੇ ਰੂਪ ਵਿੱਚ ਹੈ ਬਾਸ਼ਾ ਦਲ ਰਾਜਨੀਤ ਨੂੰ ਵੱਖ ਰਹਿੰਦਾ ਹੈ ਰਾਇਤਾਂਤਰ ਪਤਾਨੀ ਦੇ ਉੰਤੀ ਦੇ ਰਸਤੇ 'ਚ ਰੁਕਾਵਟ ਨਹੀਂ ਬਣਿਆਗਾ ਤੇ ਇਤਿਹਾਸਿਕ ਕਾਰਨ